पंजाबी फिल्मां आईयां सी राणो, यारी जट दी, लौंग दा लिशकारा। और मास्टर होना दा दावा है कि ये जिहड़ी कहानी सी इन्हां फिल्मां दी ओह वी इन्हां दी जिहड़ी किताब लिखी गई सी उहदे विचों लई गई सी। जिहदे चांदी दीआं डंडियां कन्नां दिखंद रहीआं सी, एक छोटी हत्थ च बड़ी कच्च थोड़े जिहे लीरे कोटली च ऐं कंबदी भज्जी जा रही सी। मैं जद उसनूं देखिआ मेरा रोण निकल गया, मैं बह के रोण लग पिआ भी इहनूं की पता मंजिल किन्नी कैदे किन्नी दूर जाणा और इह लटकदी इहनूं इह किवें पहुंचेगी। जे उह डुरकदी आ भी मैनूं छड्डण जाण मैं मर जाऊंगी, जान प्यारी हरेक नूं ਤਾਂ ਇਸ ਤਰ੍ਹਾਂ ਨਾਲ ਉਹਨੂੰ ਜਮ੍ਹਾਂ ਦੇ ਕੇ ਰੋਣ ਲੱਗ। ਕਿਸੇ ਨੂੰ ਮੋਹ ਪਿਆਰ ਟੁੱਟ ਗਿਆ, ਭਰਾ ਭੈਣ ਤੋਂ ਵਿਛੜ ਗਏ, ਬਹੁਤ ਸਾਰੇ ਜੀਵ ਉਹਦੇ ਰਹਿ ਗਏ। ਮੇਰੀ ਖੁਸ਼ਕਿਸਮਤੀ ਇਹ ਹੈ ਕਿ ਅਸੀਂ ਬਚ ਕੇ ਤਾਂ ਆ ਗਏ, ਪਰ ਉਹ ਹਾਲੇ ਤੱਕ ਜਿਹੜਾ ਮਸ਼ਹੂਰ ਅੰਦਰ ਘੁੰਮ ਰਿਹਾ, ਵਗਿਆ ਹੋਇਆ, ਚੱਲ ਰਿਹਾ, ਉਹ ਅਜੇ ਉਵੇਂ ਪਲਟ ਰਿਹਾ। ਅਸੀਂ ਦੇਖਿਆ ਤਾਂ ਅੰਦਰ ਬਹੁਤ ਕਟਾਪਟੀ ਸੀ, ਮੁਸ਼ਕ ਮਾਰਦਾ ਸੀ, ਬਿਮਾਰੀ ਪਈ ਸੀ। ਮੇਰੀ ਦਾਦੀ ਉੱਥੇ ਪੂਰੀ ਹੋ ਗਈ, ਮੇਰੀ ਛੋਟੀ ਭੈਣ ਪੂਰੀ ਹੋ ਗਈ। ਜਦ ਲੈ ਨਾਟਕ ਬਹੁਤ ਚੜ ਗਿਆ, ਉਹ ਸਾਨੂੰ ਤਾਂ ਫਿਰ ਮੈਂ ਆਖਿਆ ਵੀ ਇਹਦੀ ਫਿਲਮ ਬਣ ਸਕਦੀ ਹੈ। ਮੈਂ ਹਾਂ ਮੇਰੇ ਧਿਆਨ 'ਚ ਆਇਆ, ਮੈਨੂੰ ਕਹਿਣ ਲੱਗੇ ਇਹਦੀ ਤਾਂ ਫਿਲਮ, ਇਹ ਤਾਂ ਪੂਰਾ ਫਿਲਮ ਕਲਾਈ ਹੈ। ਉਹ ਮੈਂ ਜਦ ਗਿਆ ਮੈਂ ਕਿਹਾ ਯਾਰ ਮੇਰੀ ਕਿਤਾਬ ਰੱਖ ਲਾ ਵੀ ਐਂ ਕੋਈ ਇਸ ਤਰ੍ਹਾਂ ਨਾਲ, ਕਿਉਂਕਿ ਮੈਂ ਹਮੇਸ਼ਾ ਝੋਲੇ 'ਚ ਰੱਖਦਾ ਕਿਤਾਬ। ਉਹ ਕਹਿੰਦੇ ਰੱਖ ਲਿਆ ਯਾਰ, ਮੈਂ ਰੱਖਦੀ। ਅਤੇ ਮੈਂ ਸੱਤਵੀਂ ਦਿਨ ਗਿਆ, ਮੈਂ ਕਿਹਾ ਵੀ ਉਹ ਸ਼ੌਕ ਇਸ ਹੈ ਨਹੀਂ। ਕਹਿੰਦੇ ਯਾਰ ਇੱਕ ਫਿਲਮ ਦਾ ਪ੍ਰੋਡਿਊਸਰ ਲੈ ਜਾ। ਅੱਛਾ ਕਿਤਾਬ? ਹਾਂ। ਮੈਂ ਕਿਹਾ ਕੌਣ ਹੈ? ਕਹਿੰਦੇ ਤੈਨੂੰ ਸੱਦਿਆ ਉਹਨੇ। ਉਹ ਕਹਿੰਦੇ ਵੀ ਮੁੱਢ ਵੀ ਲਿਆ ਅਤੇ ਅੰਤ ਵੀ ਲਿਆ। ਮੈਂ ਖੁਸ਼ੀ ਖੁਸ਼ੀ ਛਾਲਾ ਮਾਰ ਕੇ ਉਹ ਲਿਖਣ ਲੱਗ ਗਏ, ਮਗਰੋਂ ਇਹਨਾਂ ਨੇ ਫਿਲਮ ਸ਼ੂਟਿੰਗ ਫਿਰ ਹੁਣ ਕਰ ਦਿੱਤੀ। ਤੁਹਾਨੂੰ ਪੁੱਛਿਆ ਨਹੀਂ ਗਿਆ? ਨਾ ਪੁੱਛਿਆ ਨਹੀਂ। ਕਿਹੜੀ ਫਿਲਮ ਦੀ ਸ਼ੂਟਿੰਗ ਹੋਣ ਲੱਗੀ ਸੀ ਉਦੋਂ? ਉਹ ਜਾਰੀ ਜੱਟ ਦੀ, ਰਾਣੋ ਦੀ। ਰਾਣੋ ਦੀ? ਰਾਣੋ ਦੀ। ਕਰ ਕਰਾ ਕੇ ਮੈਂ ਲਿਖੀ ਅਤੇ ਮੈਂ ਲੈ ਦੇਣ ਗਿਆ। ਯਾਰ ਇਹ 'ਤੇ ਖਰਚ ਬਹੁਤ ਆਊਗਾ, ਇਹਦੇ ਲੀੜੇ ਕੱਪੜੇ ਬਹੁਤ ਮਹਿੰਗੇ ਨੇ, ਇਤਿਹਾਸਿਕ ਸਾਨੂੰ ਲੋਕੇਸ਼ਨਾਂ ਨਹੀਂ ਮਿਲ ਰਹੀਆਂ। ਯਾਰ ਇਹ ਨਹੀਂ ਬਣ ਗਈ ਫਿਲਮ, ਚੱਲ ਗਈ ਚਲਾ ਦੀ। ਅੱਛਾ ਫਿਲਮ ਚਲਾਤੀ? ਫਿਲਮ ਚਲਾ, ਫਿਲਮ ਬਣੀ, ਬਣ ਗਈ। ਤੁਹਾਨੂੰ ਕਦੋਂ ਪਤਾ ਲੱਗਿਆ ਫਿਰ ਵੀ ਇਹ ਫਿਲਮ ਇਹਦੇ ਨਾਂ 'ਤੇ ਬਣ ਚੁੱਕੀ ਹੈ? ਤੁਹਾਨੂੰ ਉਸ ਵੇਲੇ ਪਤਾ ਲੱਗ ਗਿਆ? ਤੁਹਾਨੂੰ ਪਤਾ ਨਹੀਂ ਸੀ ਉਸ ਵੇਲੇ? ਮੈਂ ਦੇਖਣ ਨਾ ਗਿਆ ਨਾ। ਅਜੇ ਰਾਣੋ ਦਾ ਤੁਹਾਨੂੰ ਪਤਾ ਨਹੀਂ ਗਾ? ਹਾਂ। ਅਤੇ ਦੂਸਰੀ ਫਿਲਮ ਵੀ ਬਣਨ ਲੱਗ ਗਈ? ਉਹ ਬਣ, ਉਹ ਉਹ ਬਣਾਉਣ ਲੱਗ ਗਏ। ਕਿਉਂ ਐਮ ਐਸ ਰੰਧਾਵਾ ਨੇ ਬੜਾ ਉੱਤਰ ਲਿਖਿਆ ਵੀ ਇਹ ਨਾਟਕ ਤਾੜੀਆਂ ਦੀ ਗੂੰਜ 'ਚ ਕੱਢਿਆ ਗਿਆ। ਉਹ ਪੜ੍ਹ ਕੇ ਇਹਨਾਂ ਦੇ ਉਹ ਗੁਰੂ ਸੀ ਫਿਲਮ ਵਾਲਿਆਂ ਦੇ, ਉਹਨੇ ਅੱਗੇ ਐਡੇ ਵੱਡੇ ਦਾ ਲਿਖਿਆ ਹੋਇਆ। ਮੈਂ ਜਦ ਦੇਖਿਆ ਮੈਂ ਕਿਹਾ ਵੀ ਯਾਰ ਦੱਸੋ ਕੁਝ, ਉਹਨੇ ਵੀ ਇਹਦੇ ਟਾਈਮ ਨਹੀਂ ਸਾਡੇ ਕੋਲ। ਮੈਂ ਗੁੱਸੇ ਕਿ ਮੈਂ ਗਿਆ ਹੀ ਨਾ ਦੇਖਣ, ਇਹਨਾਂ ਨੇ ਨਾਟਕ ਵੀ ਘਿਲਾ ਤਾ ਲਾਉਂਦਾ ਰੁਜ਼ਗਾਰ, ਮੈਂ ਗਿਆ ਨਾ ਗੁੱਸੇ। ਅੱਛਾ ਅੱਛਾ ਇੱਕ ਹੋਰ ਜਿਹੜਾ ਫਿਲਮ ਸੀ, ਦੋ ਫਿਲਮਾਂ ਦਾ ਜ਼ਿਕਰ ਹੋ ਗਿਆ, ਇੱਕ ਯਾਰੀ ਜੱਟ ਦੀ ਆ ਫਿਲਮ, ਉਹ ਕਿੱਦਾਂ ਤੁਹਾਡੀ ਜਿਹੜੀ ਹੈਗੀ ਆ ਚੋਰੀ ਹੋਈ? ਅੱਛਾ ਇੱਕ ਇੱਕ ਗੀਤ ਆਇਆ ਸੀਗਾ ਲੰਮੀ ਸਿਟੀ ਮਾਰ ਮਿੱਤਰਾ। ਹਾਂਜੀ ਹਾਂ। ਅੱਛਾ ਲੰਮੀ ਸਿਟੀ ਦੀ ਜਿਹੜੀ ਗੱਲ ਹੈ, ਹਾਂ, ਅਤੇ ਗੁਰਦਾਸ ਮਾਨ ਉਹਨਾਂ ਦਾ ਗਾਣਾ ਸੀ। ਹਾਂ, ਪਰ ਉਹਨੇ ਇਹ ਠੀਕ ਨਹੀਂ ਗੱਲ ਕੀਤੀ, ਉਹ ਲੇਖਕ ਤਾਂ ਮੈਂ ਹਾਂ ਉਹਦਾ। ਅਤੇ ਮੈਂ ਕਿਹਾ ਬੜਾ ਧੋਖਾ, ਫਿਰ ਮੈਂ ਲਿਖਣਾ ਹੀ ਛੱਡ ਦਿੱਤਾ। ਅੱਛਾ। 10 ਸਾਲ ਫਿਰ ਮੈਂ ਚੁੱਪ ਰਿਹਾ, ਮੈਂ ਕਿਹਾ ਮਨਾ ਤੂੰ ਤਾਂ ਇਵੇਂ ਬਰਬਾਦ ਹੋ ਜਾਏਗਾ। ਫਿਲਮਾਂ ਲਿਖੀਆਂ, ਕਹਾਣੀ ਲਿਖੀ ਆ, ਕਹਾਣੀ ਤਾਂ ਤੁਹਾਡੀਆਂ ਕਹਾਣੀਆਂ ਦੇ ਫਿਲਮਾਂ ਬਣ ਚੁੱਕੀਆਂ ਤਿੰਨ, ਤੁਸੀਂ ਗੀਤ ਲਿਖਿਆ ਤਾਂ ਗੀਤ ਗੁਰਦਾਸ ਮਾਨ ਉਹਨਾਂ ਨੇ ਜਿੱਦਾਂ ਗਾਇਆ ਉਹ ਬੜੇ ਮਕਬੂਲ ਹੋ ਗਏ, ਪਰ ਤੁਹਾਡਾ ਨਾਂ ਕਿਤੇ ਨਹੀਂ ਹੈਗਾ, ਤੁਹਾਡੇ ਬੋਲ ਲਏ ਗਏ ਆ ਗਾਣੇ ਦੇ ਵਿੱਚ। ਹਾਂਜੀ ਹਾਂਜੀ।
क्योंकि मैं प्याले का साझी नहीं सा वैष्णो ये तो मिनट सकेंट की गल इधर उधर कर देंगे कि कोई राइटर को कोई नहीं पुछता मेरे ने कई हो रही अच्छा कुलदीप माणक उन्होंने भी तुहाडा एक गीत गाया है ना हाँ जी वो किहड़ा गीत सीगा सत श्री अकाल जी तुसीं जुड़े हो गुरमुखी दे पहले अक्खर ऊड़े दे नाल ते मैं सनी सुजापुर तुहाडा स्वागत करदा हां दर्शको साडी कोशिश है कि उन्हां शख्सियतां दे नाल तुहानूं रूबरू करवाया जावे जिहड़ियां गुमनामी दे हनेरे दे विच गुम हो गईयां ने चाहे वह गायकी का खेत्र है चाहे रंगमंच का उहदे विच अक्सर असीं देखिया है कि कुछ इस तरह दीयां शख्सियतां हुंदियां नहीं जिहड़ियां कि परदे दे पिछे रह के जिन्हां दी बहुत वड्डी घालना हुंदी है पर वह शख्सियतां किसे तरीके दे नाल सामने नहीं आ पाउंदियां लोग उहनां दे बारे नहीं जाणदे हौली हौली लोग उहनां नूं भुल जांदे ने ते उन्हां दे जिहड़े कीते काम ने वो लोकां तक सही तरीके दे नाल नहीं आ पाउंदे और एक कौड़ा सच इस इंडस्ट्री का यह भी है कि दूसरे का फायदा लै के दूजे नूं वरत के आप मशहूर हो जाते ने पर उन्हां दी कोई सार नहीं लैंदा साडे नाल अज जिहड़ी शख्सियत मौजूद है मास्टर राम शरण मंसूरवी उन्हां दा तारुफ करवाउण तों पहलां तुहानूं उन्हां दे बारे दस दिंदा जिहड़े कि पंजाबी इंडस्ट्री दे नाल जुड़े हुए ने जिहड़े पंजाबी फिल्मां नूं पसंद करदे ने जदों वरिंदर उन्हां दा दौर सी उस वेले तुसीं देखिया होगा कि पंजाबी फिल्मां आईयां सी राणो यारी जट दी लौंग दा लिशकारा और मास्टर उन्हां दा दावा है कि ये जिहड़ी कहानी सी इन्हां फिल्मां दी उह वी इन्हां दी जिहड़ी किताब लिखी गई सी उहदे विचों लई गई सी सब तो पहला मास्टर उन्हां दा स्वागत कर लैंदे आ मास्टर जी बहुत बहुत स्वागत है तुहाडा ऊड़े चैनल दे नाल गलबात करन दे लई जी बहुत बहुत धन्यवाद तुहाडा मैं सारे दर्शकों का जो देख रहे हैं और संदीप जी का और चैनल का बहुत बहुत धन्यवाद करता हाँ कि उन्होंने मैनू अजे रूबरू कर रहे हैं तो मैं बहुत धन्यवादी हाँ आप सब का आदाब नमस्कार सब मास्टर जी जिदा मैं तुहाडा तारुफ करवाया अपने दर्शकों के नाल मेरे ख्याल दे नाल जिहड़ी नौजवान पीढ़ी है वह बहुता नहीं जानती होएगी तो बारे तुसी सब तो पहला तो आप जिहड़ियां बाकी गल्लां वो तो आप बाद विच करांगे पहला तुहाडे बारे जान लिए कि तुसी तालीम कित्थों हासिल कीती और ये जिहड़ा रंगमंच की दुनिया दे विच तुसी आए हो जां जिहड़ी लिखण की चेटक तुहानूं लगी है ये कदों तो लगी संदीप जी मैं मेरा 1939 का जन्म है और पाकिस्तान की धरती तो जिथे दाल चिट्टे पीलू बने नाल भरे उस धरती का शहर और मैं सारा 1947 का साका अखी देखा सतवीं लंबे काफले ने मैं आया मैं सब तो पहला टैपी साढ़े उत्थे पिंड सी स्कूल सरकारी और उत्थे मैं उर्दू अरबी फारसी विच कच्ची जमात पास की चेटके सी कि जिथों मैं पहली जमात पास की उत्थे दी एक किस्साकारी नाल बड़ी जुड़ी हुई महत्ता वाली गल है जिवें पीलू साहब शहर होए ने उन्होंने अपने मिर्जा साहबां विच एक बड़ी छोटी जी गल कही है कि कुत्ते शहर शमीर दे विच ढाबी आन बड़े उन्हां पानी पीता रज के कीते कन खड़े मैं उत्थों पास की वो चीज़ मेरे अजे जेहन च घूमती रही कि यार किस्सा तो भाई इस तरह लिखा जाए कोई ना कोई फिर उस तो बाद मैं चंगे चंगे शहरों नूं मिलिया उदों मैं 8-9 साल का सी मैनू सारा पता है मैं तारकाबाद का फाटक भी देखिया जिथे इन्ना घुमसान होया है जिंदगियां का मैं बल्लो का हैड देखिया जिथे कि बढ़ बढ़ के लाशों बिच सुटते रहे इस तरह नाल खेम करन आ के मैं सारा कुछ देखिया किस तरह गड्डियां भरिया पी आवाजाई दी मैं जिहड़ा मैनू राइटर बन का संबंध होया एक मैं अपनी दादी नाल आ रहा सी और इधर मीह पिया काफला अटक गया अटका था साढ़े वाला
इधर एक काफरा जा रहा सी उहदे विच मेरी दादी मां वर्गी एक बहुत बिरध मां जिहदे चांदी दीआं डंडियां कन्नां 'च खिल रहीआं सी एक छोटी हत्थ 'च बड़ी कच्च थोड़े जिहे लीरे पोटली 'च ऐं कंबदी भज्जी जा रही सी। मैं जद उसनूं देखिआ मेरा रोण निकल गया, मैं बह के रोण लग पिया भी इहनूं की पता मंजिल किन्नी कह दे किन्नी दूर जाणा और ये लटकदी इहनूं ये किवें पहुँचेगी जे उह डुरकदी आ भी मैनूं छड्ड ना जाणा मैं मर जाऊँगी जान प्यारी हरेक नूं तां इस तरह नाल उहनूं जो मैं देख के रोण लग पिया। बस वो सीन ने मैं जद भी कोई नाटक लिखदा वो मैं जरूर मेरा पाया हुंदा मेरा नाटक वो जिहड़ा है सिरे जा चढ़दा हरेक मेरे हरेक नाटक च इस तरह मैं मेरा नाटक कन्ना बोलवें जी मैं एक रवेलां पा दिता ते दादी मां वो उही चीज़ आ जिहड़ी मेरे मन चुकरी आ उहने फिल्मां इह छालां मार दियां सुपर हिट हो गईआं पर मेरा नाम नहीं दिता गया। अच्छा ते जिहड़ा इह 47 दा घटनाक्रम तुसीं अखी देखिआ इहने तुहाडी जहन दे उत्ते इह जी छाप पाई कि तुसीं हौली हौली लिखना शुरू करता। मैं लिखना शुरू किया तो किस तरह का मंजर सी जे इनू आपां बयान करिए। देखो बहुत उस मौके का लहू पानी बन गए सारिया दे किसी नू मोह प्यार टुट गया भरा भैन तो बिछड़ गए बहुत सारे जीव उहदे रह गए। मेरी खुशकिस्मती यह है कि असी बच के तो आ गए पर हाले तक जिहड़ा नसूर अंदर घूम रहा बगया होया चल रहा वो अजे उमें पलक रहा क्योंकि जोड़ा ये समा सी बड़ा दर्दनाक सी जोड़े लोगों के परिवार उधर रह गए मारे गए वो कदे पूरे नहीं हो सकते। इस तरह नाल जो कोई भी इस तरह मैं देखदा मेरा मन बड़ा हौला हो जाता और मेरे मन में सट बजती है कि भी यदा इलाज की हो गए फिर मैं कलम चा के कोई ना कोई चरीरदा वो मैनू आपदे मन में शांति मिलती है ना कि भी ये लोगों ने की होया साडी समाज नाल सारा असीं पिछे नूं किवें मुड़ गए किवें भरा एक दूजे के दुश्मन बन गए कट्ठे रहिंदे कट्ठी सांझ कट्ठे पले इस दे नाल ये सारा कुछ देख के मन बड़ा रोण आउंदा है। फिर इत्थे आ के जदों इत्थे आए हो इत्थे आ के फिर किद्दां जिंदगी शुरू हुई दोबारा तो इत्थे आ के सानू जिथे मैं हुण रह रहा इत्थे अलाटमेंट हो गई घर मिल गया पर वह घर जिन्हां दे कोले सीगे पहलां असीं लेट आए क्यों असीं दिवाली नूं आए असीं शहर मेरे नानके सी उन्होंने कहा भी इत्थे रह भा हवेली आ असीं देखिआ तां अंदर बहुत कटापटी सी मुश्क मारदा सी बीमारी पई सी मेरी दादी उत्थे पूरी हो गई मेरी एक छोटी भैन पूरी हो गई तां असीं सानूं कहण लगे भी इत्थों बीमारी पे चले जाओ। असीं दिवाली वाले दिन 47 बीमारी कड़ी सी बीमारी किदा दी घर च वह बीमारी जोड़े अंदर साड़ पिया पिया लोग अंदर कोई पौड़ी चढ़ता बढ़िया पिया कोई होर आ कोई कितने होर घर च जिस बुरा हाल से तो बदबू मारती सी लोग मर रहे थे इन्ना शहर सारे बीमारी फैली हुई सी। असी सोचा भी पिंड इतो पिंड चले जाइए असी आपके पिछा पिंड जोड़ा कि पहले एक बीमारी बहुत बड़ी हुई बार बंधिया गया जो उधर चले गए थे उस पिंड आ गए सी ठीक है। इस तरह नाल दिवाली नूं असीं इत्थे आए फिर इत्थे आ के मैं 10वीं पास करके टीचर बनिया लग गया अध्यापक लगन तों बाद मेरे मन च यही गल फिर भी चलती रही कि मैं क्योंकि कल मेरा साथ दिंदी सी जद मैनूं कोई मन उदास हुंदा मैं कोई चीटन लग जांदा उहदे विच कोई चंगी गल निकलदी उहने मैनूं शायर बनाता। अच्छा दर्शको एक होर वड्डी गल इहनां नूं दसदिआं तां जिहड़ा ड्राइंग दा सिलेबस सी उस वेले जदों ज्ञानी जैल सिंह उहनां दी सरकार सी उस वेले एक कमेटी बनी सी उस कमेटी दे मैंबर भी रह चुके ने इह 12 मैंबरी मेरे ख्याल 11-12 मैंबरी कमेटी बनी सी और उस कमेटी दे विच इन्हां ने जिहड़ा सुझाव दित्ता सी उस सुझाव नूं इंप्लीमेंट भी कीता गया सी ओह की सीगा मास्टर जी ओह दस्सिओ। देखो जी उस मौके सैक्टर नंबर 8 च मुल अंक अफसर बहिंदे सी और मैडम एच वी सिंह साडे मुलांकन अफसर सी उन्होंने मैनू ड्राइंग दे सिलेबस का मतलब मैंबर चुनिया होया सी ते उत्थे गल चल रही सी
ਵੀ ਜਿਹੜੀ ਡਰਾਇੰਗ ਆ ਉਹਦੇ ਬਾਰੇ ਇੱਕ ਸਿਲੇਬਸ ਕਿਵੇਂ ਹੋਵੇ। ਜੇ ਸਿਲੇਬਸ ਬਾਰੇ ਗੱਲ ਸਾਰੇ ਵਿਚਾਰ ਹੋਏ ਤਾਂ ਮੇਰੀ ਵਾਰੀ ਆਈ ਤਾਂ ਮੈਂ ਵੀ ਮੈਂ ਕਿਹਾ ਜਨਾਬ ਵੀ ਉਸ ਮੌਕੇ ਡਰਾਇੰਗ ਸੀ ਜਿਹੜੀ ਛੇਵੀਂ ਤੋਂ ਸੱਤਵੀਂ ਅੱਠਵੀਂ ਤੋਂ ਬੰਦ ਕਰਕੇ ਨੌਵੀਂ ਤੋਂ ਜਿਹੜੀ ਸੀ ਸ਼ੁਰੂ ਕਰ ਦਿੱਤੀ, ਪਹਿਲੀ ਬੰਦ ਕਰਤੀ। ਅੱਛਾ। ਵੀ ਜਿਹੜੀ ਆਪਸ਼ਨ ਲੈਣੀ ਹੈ, ਆਪਸ਼ਨਲ ਕੋਈ ਸਬਜੈਕਟ, ਕਿਸੇ ਕਰਾਫਟ ਵਰਕ ਹੈ, ਕਲੇ ਮਾਡਲਿੰਗ ਹੈ ਜਾਂ ਕੁਛ ਵੁੱਡ ਵਰਕ ਹੈ, ਜਾਂ ਕੋਈ ਲੈਣਾ ਚਾਹੁੰਦੇ ਹੋ ਲੈ ਲਓ ਜੀ। ਅਤੇ ਇੱਕ ਪਾਸੇ ਖੇਤੀਬਾੜੀ ਸੀ ਤਾਂ ਮੈਂ ਕਿਹਾ ਵੀ ਡਰਾਇੰਗ ਦਾ ਸਿਲੇਬਸ ਬਹੁਤ ਵੱਡਾ ਸੀ ਵੀ ਇਹਨੂੰ ਛੋਟਾ ਕਰਕੇ ਜਿਹਦੇ ਥਾਂ ਵੀ ਇਸ ਨੂੰ ਨਵੇਂ ਢੰਗ ਨਾਲ ਬਣਾਇਆ ਜਾਵੇ। ਮੈਂ ਜਿਵੇਂ ਸਕੇਲ ਸੀ, ਸੋਲਿਡ ਫਿਗਰਾਂ ਸੀ, ਜੋਮੈਟ੍ਰੀਕਲ ਡਰਾਇੰਗ ਸੀ, ਉਹਦੇ ਵਿੱਚੋਂ ਜਿਹੜੀ 37 ਨੰਬਰ ਦੀ ਹੁੰਦੀ ਸੀ ਸਕੇਲ, ਉਹ ਪੇਂਡੂ ਮੁੰਡਿਆਂ ਨੂੰ ਨਹੀਂ ਸੀ ਹੁੰਦੀ। ਕੁਛ ਮੁੰਡੇ ਦੇ ਕਰਨੇ ਜਿਹੜੇ ਮਤਲਬ ਕਿੱਤੇ ਨਾਲ ਸੰਬੰਧ ਰੱਖਦੇ ਸੀ, ਉਹ ਜਿਹੜੀ ਉਸ ਨੂੰ ਮੈਂ ਤੋੜ ਕੇ ਦੋ ਹਿੱਸੇ ਕਰ ਦਿੱਤੇ ਵੀ ਜੀ, ਇੱਕ 10 ਨੰਬਰ ਦਾ ਮਾਟੋ, ਸੱਚ ਬੋਲੋ ਨੇਕੀ ਕਰੋ, ਜਿੱਦਾਂ ਛੋਟੇ ਹੁੰਦਿਆਂ ਨੂੰ ਦੱਸਦੇ ਹੁੰਦੇ ਸੀ ਕਿ ਆਹ ਬਣਾਓ, ਹਾਂ ਸੱਚ ਬੋਲੋ, ਠੀਕ ਹੈ, ਹੈ ਜੀ ਨੇਕੀ ਕਰੋ, ਮਾਂ ਪਿਓ ਦੀ ਸੇਵਾ, ਇਹੋ ਜਿਹੇ ਲਿਖਣੇ। 10 ਨੰਬਰਾਂ ਵਿੱਚੋਂ 8-7 ਨੰਬਰ ਲੈ ਕੇ ਪਾਸ ਤਾਂ ਹੋ ਜੂ ਬੱਚਾ। ਉਹ ਮੇਰੀ ਗੱਲ ਸਾਰਿਆਂ ਨੂੰ ਬੜੀ ਪਿਆਰੀ ਲੱਗੀ, ਉਹਨੇ ਕਹਿੰਦੇ ਵੀ ਠੀਕ ਹੈ ਗੱਲ ਇਹ। ਔਰ ਫਿਰ ਜਿਹੜੀ 6ਵੀਂ 7ਵੀਂ 8ਵੀਂ ਡਰਾਇੰਗ ਆ, ਮੈਂ ਕਿਹਾ ਜਿਹਨੇ 6ਵੀਂ 7ਵੀਂ 8ਵੀਂ 'ਚੋਂ ਡਰਾਇੰਗ ਛੱਡਣੀ ਹੈ ਗਾਹਾਂ ਕਿਉਂ ਲੱਭੂਗਾ, ਉਹ 6ਵੀਂ 7ਵੀਂ 8ਵੀਂ ਦਾ ਗੈਪ ਕਿਵੇਂ ਪੂਰਾ ਕਰੂ। ਰੁਚੀ ਤਾਂ ਬਚਪਨ ਤੋਂ ਹੀ ਹੁੰਦੀ ਹੈ ਬੱਚੇ, ਹਾਂ ਉਹਦੀ ਰੁਚੀ ਖਤਮ ਹੋਈ, ਉਹ ਕਿਵੇਂ ਲਓ, ਉਹ ਤਾਂ ਫਿਰ ਖੇਤੀਬਾੜੀ ਲਊਗਾ, ਕਿਉਂਕਿ ਉਹਦਾ ਸਿਲੇਬਸ ਬੜਾ ਥੋੜ੍ਹਾ। ਉਹਦੇ ਇਗਜ਼ਾਮ 'ਚ ਕੀ ਸੀ, ਗੱਠਿਆਂ ਦੀ ਫੱਕ ਰੱਖਦੀ ਵੀ ਪਛਾਣੋ, ਆਹ ਸਰੋਂ ਰੱਖਦੀ ਵੀ ਇਹ ਕੀ ਆ, ਛੋਟੀ ਛੋਟੀ ਚੀਜ਼ਾਂ ਸੀ, ਉਹ ਬੱਚਾ ਤਾਂ ਹਰੇ ਕਰਿਆ ਉਹਨਾਂ, ਪਰ ਡਰਾਇੰਗ ਨੂੰ ਬੜਾ ਮੁਸ਼ਕਲ ਸੀ ਵੀ ਇਹਨੂੰ ਸੌਖਿਆਂ ਕਿਵੇਂ ਕੀਤਾ ਜਾਵੇ। ਫਿਰ ਮੈਂ ਇਹ ਜਿਹੜਾ ਸਿਲੇਬਸ ਤੋਂ ਬਾਅਦ, ਉਹ ਕਹਿੰਦੇ ਫਿਰ ਹੁਣ ਕਿਵੇਂ ਹੋਵੇ, ਮੈਂ ਕਿਹਾ ਜੀ 6ਵੀਂ ਤੋਂ ਡਰਾਇੰਗ ਲਾਈ ਜਾਵੇ। ਤਾਂ ਮੁਲਾਂਕਣ ਸੀ ਜਿਹੜੇ ਉਹ ਅਫਸਰ ਅੱਜ ਵੀ ਬੜੇ ਖੁਸ਼ ਹੋਏ, ਉਹ ਕਹਿੰਦੇ ਵੀ ਗੱਲ ਠੀਕ ਹੈ, ਕਿਤਾਬ ਛਵੀ ਪਈ ਹੈ, ਆਪਾਂ ਕਿਉਂ ਬੰਦ ਕਰਦੀ। ਤਾਂ ਉਦੋਂ ਬੰਦ ਹੋਈ ਡਰਾਇੰਗ, ਮੈਂ ਸ਼ੁਰੂ ਕਰਵਾਉਣ ਵਾਲਾ ਬੰਦਾ ਸੀ। ਬਹੁਤ ਵੱਡੀ ਗੱਲ ਹੈ ਵੀ। ਅੱਛਾ, ਜਿਹੜਾ ਫਿਰ ਜਿਹੜਾ ਆਪਾਂ ਫਿਲਮਾਂ ਦੀ ਗੱਲ ਕਰਦੇ ਹਾਂ ਵੀ ਜਿਹੜੀਆਂ 3 ਫਿਲਮਾਂ ਆਈਆਂ, ਰਾਣੋ ਦੀ ਗੱਲ ਕੀਤੀ ਆ, ਲੌਂਗ ਦਾ ਲਿਸ਼ਕਾਰਾ ਹੋ ਗਿਆ, ਔਰ ਯਾਰੀ ਜੱਟ ਦੀ, ਇਹਦੇ ਵਿੱਚ ਤੁਸੀਂ ਦਾਅਵਾ ਕਰ ਰਹੇ ਹੋ ਕਿ ਜਿਹੜੀ ਕਹਾਣੀ ਹੈ ਤੁਹਾਡੀ ਕਿਤਾਬ ਤੋਂ ਲਈ ਗਈ ਹੈ, ਉਹ ਕੀ ਪੂਰਾ ਕਿੱਸਾ ਵਾ, ਕਿਵੇਂ ਦਾਅਵਾ ਕਿਵੇਂ ਕਰ ਰਹੇ ਹੋ? ਦੇਖੋ, ਇਹ ਜਦ ਮੈਂ ਨਾਟਕ ਲਾਇਆ ਉਸ ਮੌਕੇ ਸੰਤ ਸਿੰਘ ਸੇਖੋ ਜੀ ਨੇ ਇਹਦਾ ਮੁੱਖ ਮੰਨ ਦਿੱਤਾ ਹੋਇਆ, ਬਾਬਾ ਬੋਹੜ ਜੀ ਨੂੰ ਕਹਿੰਦੇ ਆ, ਔਰ MSA ਰੰਧਾਵਾ ਵਾਈਸ ਚਾਂਸਲਰ ਜੀ, ਉਹਨਾਂ ਨੇ ਇਹਦਾ ਉਦਘਾਟਨ ਕੀਤਾ ਹੋਇਆ ਮੇਰੇ ਨਾਟਕ ਦਾ, ਪਾਲ ਐਡੀਟੋਰੀਅਮ PAU ਯੂਨੀਵਰਸਿਟੀ ਵਿੱਚ, ਐਗਰੀਕਲਚਰ ਯੂਨੀਵਰਸਿਟੀ 'ਚ ਇਹ ਨਾਟਕ ਖੇਡਿਆ ਗਿਆ 74 ਨੂੰ, 1974 ਦੇ ਵਿੱਚ, 1974 ਦੇ ਵਿੱਚ। ਉਸ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਜੀ, ਹੋਰ ਸਾਰੇ ਉਸ ਮੌਕੇ ਦੇਖਦੇ ਸੀ, ਸਾਰੇ ਦੀਨ ਆਏ ਹੋਏ ਸੀ, ਅਤੇ ਇਹ ਮੇਰਾ ਜਿਹੜਾ ਨਾਟਕ ਸੀਗਾ, ਇਹ ਇਕੱਲਾ ਨਾਟਕ ਪੀੜ੍ਹੀ 'ਤੇ ਬਹਿ ਕੇ ਜਾਂ ਮੂਹਰੇ 'ਤੇ ਬਹਿ ਕੇ ਕਰਨ ਵਾਲਾ ਨਹੀਂ ਸੀ, ਇਹ ਇੱਕ ਫਿਲਮ ਤੋਂ ਵੀ ਉੱਪਰ ਦੀ ਗੱਲ ਲੱਗੀ ਲੋਕਾਂ ਨੂੰ, ਕਿਉਂਕਿ ਮੈਂ ਇਹ ਮੇਰਾ ਨਾਟਕ ਸੰਗੀਤ ਨਾਟਕ ਸੀ, ਇਹਦੇ ਵਿੱਚ ਬਹੁਤ ਰੰਗ ਸਾਜਾਂ ਦੇ, ਔਰ ਬੜੇ ਬੜੇ ਕਲਾਕਾਰਾਂ ਦੇ ਸਾਜ ਵਜਾਏ 'ਚ, ਉਹ ਲੜਕੀਆਂ ਕਰਨ ਵਾਲੀਆਂ ਬੜੀਆਂ ਨਵਾਂ ਵਾਰ ਲੜਕੀਆਂ ਸੀ, ਪਹਿਲਾਂ ਤਾਂ ਉਸ ਸਮੇਂ ਕੋਈ ਲੜਕੀ ਨਹੀਂ ਸੀ ਆਉਂਦੀ ਸਟੇਜ 'ਤੇ, ਪਰ ਮੈਂ ਲਿਆਇਆ ਉਹਨਾਂ ਨੂੰ ਮਨਾ ਕੇ, ਉਹਨਾਂ ਨੂੰ ਵਧੀਆ ਲੱਗੀ ਮੇਰੀ ਸਕ੍ਰਿਪਟ, ਜਦ ਲਿਆਇਆ ਨਾਟਕ ਬਹੁਤ ਚੜ ਗਿਆ, ਉਹ ਚਾਹੁਣ ਤਾਂ ਫਿਰ ਮੈਂ ਆਖਿਆ ਵੀ ਇਹਦੀ ਫਿਲਮ ਬਣ ਸਕਦੀ ਹੈ, ਮੈਂ ਤੁਹਾਡੇ ਜ਼ਹਿਨ ਦੇ ਵਿੱਚ ਆਇਆ, ਹਾਂ ਮੇਰੇ ਧਿਆਨ 'ਚ ਆਇਆ, ਮੈਨੂੰ ਕਹਿਣ ਲੱਗੇ ਇਹਦੀ ਤਾਂ ਫਿਲਮ, ਇਹਦਾ ਤੂੰ ਤਾਂ ਫਿਲਮ ਕਿਲਾਈ ਹੈ, ਉਵੇਂ ਸੈੱਟ ਲਾ ਦਿੱਤੇ ਮੈਂ, ਉਵੇਂ ਬਾਗ ਲਾ ਦਿਓ ਹੀ, ਅਤੇ ਕਹਿਣ ਲੱਗੇ ਵੀ ਇਹ, ਮੈਂ ਫਿਰ ਲੰਬੜਦਾਰ ਦੀ ਸ਼ੂਟਿੰਗ ਹੋ ਰਹੀ ਸੀ ਗ੍ਰਾਂ ਕੋਲ, ਗ੍ਰਾਂ ਵਾਲੇ ਚੰਨ ਕੋਲ ਵੀ ਗਿਆ, ਉੱਥੇ ਮੈਂ ਕਿਹਾ ਯਾਰ ਮੈਂ ਮਿਲਿਆ ਵਾਂ, ਉੱਥੇ ਮੈਂ ਇਹ ਦੋਸਤਾਂ ਨੂੰ ਉੱਥੇ ਮੈਂ ਉਹਦੀ ਕਿਤਾਬ ਭੇਟ ਕੀਤੀ ਵੀ ਮੇਰੀ ਯਾਰ ਇਹਨੂੰ ਵੀ ਦੇ ਵਿਚਾਰ, ਕਹਿੰਦੇ ਵੀ ਦੇਖਾਂਗੇ, ਕਿਤਾਬ ਦਿੱਤੀ, ਆਪ ਮੈਂ ਕਿਤਾਬ ਦੇ ਕੇ ਆਇਆ। ਦੂਜੀ ਮੇਰੀ ਕਿਤਾਬ ਆਹ ਉਹਦੇ ਲੁਧਿਆਣੇ ਬੱਸ ਸਟੈਂਡ ਨਹੀਂ ਸੀ ਬਣਿਆ ਹੋਇਆ, ਉੱਚਾ ਪੁੱਲ ਲੰਘ ਕੇ ਪਰ ਨਾਲ ਹੀ ਉੱਥੇ ਲੋਕਲ ਬੱਸ ਸਟੈਂਡ ਸੀ, ਉਹਦੇ ਕੋਲ ਉਹਦੀ ਨਈਅਰ ਸਾਹਿਬ ਦੀ ਕਿਤਾਬ ਬੁੱਕ ਸਟਾਲ ਹੁੰਦੀ ਸੀ, ਫਿਰ ਉਹਨੇ ਉੱਥੇ ਖੋਲ ਲਈ ਆ ਕੇ ਦੁਕਾਨ 'ਚ, ਉਹ ਮੈਂ ਜਦ ਗਿਆ ਮੈਂ ਕਿਹਾ ਯਾਰ ਮੇਰੀ ਕਿਤਾਬ ਰੱਖ ਲਾ ਵੀ ਐਂ ਕੋਈ ਇਸ ਤਰ੍ਹਾਂ ਨਾਲ, ਕਿਉਂਕਿ ਮੈਂ ਹਮੇਸ਼ਾ ਝੋਲੇ 'ਚ ਰੱਖਦਾ ਕਿਤਾਬ, ਉਹ ਕਹਿੰਦੇ ਰੱਖ ਲਿਆ ਯਾਰ, ਮੈਂ ਰੱਖਦੀ, ਅਤੇ ਮੈਂ 7ਵੇਂ ਦਿਨ ਗਿਆ, ਮੈਂ ਕਿਹਾ ਵੀ ਸ਼ੌਕ ਇਸ 'ਚ ਹੈ ਨਹੀਂ, ਕਹਿੰਦੇ ਯਾਰ ਇੱਕ
फिल्म का प्रोड्यूसर लै गया। अच्छा किताब। हाँ मैं क्या कौन है? कहता तेन सद्या उन्हें, मैं एड्रेस देता। मैं गया, ये सारे ने मीटिंग लाई, मैं एक एक लड्डू दो दो खा ले। असी उदन भी दिवाली का दिन सी, सारे बैठे कहते भाई अच्छा तू ये अगेत्र पिछेत्र लिख, क्योंकि मैं तो स्टार्ट भी किया एक घटना तो और मैं स्वाद भी एंड किया किताब का। वो कहते भी मुढ़ भी लिया तो अंत भी लिया। मैं खुशी खुशी छाला मार के वो लिखन लग गया, मगरों इन्होंने फिल्म शूटिंग फिर कर दी। तो पूछा नहीं गया? ना पूछा नहीं। कि फिल्म की शूटिंग होने लगी थी? जारी जट की, राणो की। राणो की, राणो की, राणो की शूटिंग सी। मीटिंग साड़ी सी पंजाब माता नगर च, उत्थे कोठी सी उन्होंने कर करा के। मैं लिखी जो मैं लै देन गया, यार ये खर्च बहुत आऊगा, ये लीड़े कपड़े बहुत महंगे ने, इतिहासिक सानू लोकेशन नहीं मिल रही, यार नहीं बनती। फिल्म चल गई, चला दी। अच्छा फिल्म चला दी। फिल्म चला, फिल्म बनी, बन गई। क्यों ये लगे रहे उधर बना के? मैं क्या यार बहुत बड़ी मुश्किल गल। चलो फिर मैं ਤੁਹਾਨੂੰ ਕਦੋਂ ਪਤਾ ਲੱਗਿਆ ਫਿਰ ਵੀ ਇਹ ਫਿਲਮ ਇਹਦੇ ਨਾਂ ਤੇ ਬਣ ਚੁੱਕੀ ਹੈ? ਤੁਹਾਨੂੰ ਉਸ ਵੇਲੇ ਪਤਾ ਲੱਗਿਆ? ਮੈਨੂੰ ਇਹ ਪਤਾ ਨਹੀਂ ਸੀ ਉਸ ਵੇਲੇ। ਮੈਂ ਦੇਖਣ ਨਾ ਗਿਆ ਨਾ, ਮੈਂ ਉਸ ਤੋਂ ਬਾਅਦ ਹਰ ਇੱਕ ਸੱਜਣ ਇੱਥੇ ਪੰਜਾਬੀ ਭਵਨ 'ਚ ਕੋਡੀਆਂ ਵਾਲੇ ਸਭ ਦਿਓ ਵਾਲੀ ਸਾਰੀ ਰਾਤ ਇਹੋ ਜਿਹੇ ਨਾਟਕ ਸਿਖਾਉਂਦੇ ਸੀ। ਮੈਂ ਪ੍ਰੋਫੈਸਰ ਮੋਹਨ ਸਿੰਘ ਜੀ ਨੂੰ ਮਿਲਣ ਗਿਆ, ਉਹ ਕਹਿੰਦੇ ਵੀ ਤੂੰ ਆਪਣਾ ਨਾਟਕ ਬੇਟੇ ਉੱਤੇ ਕਰਾ। ਮੈਂ ਕਿਹਾ ਜੀ ਮੈਨੂੰ ਸਟੇਜ ਨਹੀਂ ਮਿਲਣੀ। ਉਹ ਕਹਿੰਦੇ ਉਹਨਾਂ ਨੇ ਆਪਣੀ ਵਰਕ ਕਾਗਜ਼ ਪਾੜਿਆ ਇੱਕ ਕਾਪੀ ਦਾ, ਮੈਨੂੰ ਕਾਪੀ ਦੇ ਕਾਗਜ਼ ਦੇ ਦਿੱਤਾ। ਕਹਿੰਦੇ ਤਾਂ ਮੈਨੂੰ ਚਾਰ ਅੱਖਰ ਲਿਖਦੇ, ਮੈਂ ਲਿਖਦੇ ਵੀ ਸੇਵਾ ਵਿਖੇ ਸਕੱਤਰ ਸਾਹਿਬ ਵੀ ਮੈਨੂੰ ਸੂਟੇਬਲ ਡੇਟ ਦਿੱਤੀ ਜਾਵੇ, ਮੈਂ ਆਪਦਾ ਪਲੇ ਕਰਵਾਉਣਾ। ਉਹਨਾਂ ਨੇ ਉੱਤੇ ਹੀ ਲਿਖਤਾ ਪਲੀਜ਼ ਗਿਵ ਹਿਮ ਸੂਟੇਬਲ ਡੇਟ ਟੂ ਪਲੇ ਦ ਨਾਟਕ ਕੰਧਾ ਪੂਰਮੀਆਂ। ਮੈਂ ਉਹ ਲੈ ਕੇ ਚਲੇ ਗਏ, ਤਾਏ ਗਾਹਾਂ ਗਰੁੱਪ ਦਾ ਰਿਹਰਸਲ ਚੱਲਦੀ ਸੀ। ਮੈਂ ਕਿਹਾ ਵੀ ਮੈਂ ਨਾਟਕ ਕਰਵਾਉਣਾ। ਕਹਿੰਦੇ ਲਿਖਿਆ ਹੋਇਆ? ਮੈਂ ਕਿਹਾ ਕਿਤਾਬ ਆ ਮੇਰੇ ਕੋਲ। ਕਹਿੰਦੇ ਯਾਰ ਤੂੰ ਜ਼ਰੂਰ ਛੜੱਪੇ ਕਹਿੰਦੇ, ਤੂੰ ਸਾਡੇ ਵਿੱਚ ਬਹਿ ਕੇ ਦੇਖੀ ਸਾਡੇ ਨਾਲ, ਮੇਰੇ ਕੋਲ ਮਾਈਕ ਆ, ਲਾਈਟ ਆ, ਸਟੇਜ ਆ, ਐਕਟਰ ਨੇ, ਮੇਰੇ ਕੋਲ ਸਾਰਾ ਕੁਛ ਹੈ। ਉਹ ਮੇਰੇ ਕੋਲ ਆਈਡੀਆ ਨੇ ਸਾਰੇ, ਆਉਣ ਵਾਲੇ ਜਾਣ ਵਾਲੇ ਸਰ ਮੇਰਾ ਲਿੰਕ ਆ। ਮੈਂ ਕਿਹਾ ਮੈਂ ਜ਼ਰੂਰ ਗੱਲ ਠੀਕ ਹੈ ਸਰ, ਮੈਂ ਇੰਨਾ ਖੁਸ਼ ਹੋ ਗਿਆ। ਮੈਂ ਕਿਹਾ ਬਈ ਇਹ ਤਾਂ ਵਧੀਆ ਗੱਲ ਬਣ ਗਈ, ਮੈਂ ਕਿਉਂ ਛੜੱਪੇ ਕਹੂੰ। ਮੈਂ ਕਹਿੰਦੇ ਵੀ ਕਿਤਾਬ, ਮੈਂ ਕਿਤਾਬ ਦੀ ਕਹਿੰਦੇ ਆ ਦੇਖੋ, ਆਹ ਦੇਖੋ ਜੀ ਸਾਰਿਆਂ ਨੂੰ ਦਿਖਾਈ ਕਿਤਾਬ ਦੇ। ਮੈਂ ਬੜਾ ਖੁਸ਼, ਮੈਂ ਜਦ ਫਿਰ ਜਾਇਆ ਕਰਾਂ, ਉਹ ਵੀ ਇਹਦੇ ਪੜ੍ਹੀ ਨਹੀਂ, ਫਿਰ ਜਾਇਆ ਕਰਾਂ ਯਾਰ ਉਹਦੇ ਵਿੱਚੋਂ ਇਹਦੇ ਪੜ੍ਹੀ ਨਹੀਂ ਅਸੀਂ, ਸਾਨੂੰ ਵਿਹਲ ਨਹੀਂ ਲੱਗਿਆ। ਫਿਲਮ ਬਣਾ ਰਹੇ ਸੀ। ਅੱਛਾ ਉਸੇ 'ਤੇ? ਉਸੇ 'ਤੇ। ਮੈਂ ਜਦੋਂ ਦੇਖਿਆ ਵੀ ਉਦੋਂ ਕਿਹੜੀ ਮੂਵੀ ਕਿਹੜੀ ਫਿਲਮ ਬਣ ਰਹੀ ਸੀ? ਲੌਂਗ ਦਾ ਲਿਸ਼ਕਾਰਾ। ਉਸ ਵੇਲੇ ਲੌਂਗ ਦਾ ਲਿਸ਼ਕਾਰਾ ਬਣ ਰਿਹਾ? ਹਾਂ ਹਜੇ ਮੈਨੂੰ ਉਹਦਾ ਉਹਦੇ ਚੱਲੀ ਜਾਈ, ਉਹਦਾ ਵੀ ਨਹੀਂ ਦੇਖੀ। ਅਜੇ ਰਾਣੋ ਦਾ ਤੁਹਾਨੂੰ ਪਤਾ ਨਹੀਂ ਗਾ? ਹਾਂ ਤੇ ਦੂਸਰੀ ਫਿਲਮ ਵੀ ਬਣ ਲੱਗ ਗਈ? ਉਹ ਬਣ ਉਹ ਉਹ ਬਣਾਉਣ ਲੱਗ ਗਿਆ। ਕਿਉਂ ਮਿਸਟਰ ਰੰਧਾਵਾ ਨੇ ਬੜਾ ਉੱਤੇ ਲਿਖਿਆ ਵੀ ਇਹ ਨਾਟਕ ਤਾੜੀਆਂ ਦੇ ਗੂੰਜ 'ਚ ਕੱਢਿਆ ਗਿਆ। ਉਹ ਪੜ੍ਹ ਕੇ ਇਹਨਾਂ ਦੇ ਉਹ ਗੁਰੂ ਸੀ ਫਿਲਮ ਵਾਲਿਆਂ ਦੇ, ਉਹਨੇ ਕਿਹਾ ਐਡੇ ਵੱਡੇ ਦਾ ਲਿਖਿਆ ਹੋਇਆ। ਅੱਛਾ ਕਰ ਕਰਾ ਕੇ ਇਹਨਾਂ ਨੇ ਕੀ ਕੀਤਾ? ਮੈਂ ਜਦ ਦੇਖਿਆ ਮੈਂ ਕਿਹਾ ਵੀ ਯਾਰ ਦੱਸੋ ਕੁਛ, ਉਹਨੇ ਵੀ ਇਹਦੇ ਟਾਈਮ ਨਹੀਂ ਸਾਡੇ ਕੋਲ। ਮੈਂ ਗੁੱਸੇ ਕਿ ਮੈਂ ਗਿਆ ਹੀ ਨਾ ਦੇਖਣ, ਇਹਨਾਂ ਨੇ ਨਾਟਕ ਵੀ ਘਲਾਤਾ ਲੌਂਗ ਦਾ ਰੁਜ਼ਗਾਰ, ਮੈਂ ਗਿਆ ਨਾ ਗੁੱਸੇ 'ਚ। ਅੱਛਾ ਇਹਨਾਂ ਨੇ ਪ੍ਰੀਮੀਅਰ ਲਈ ਚੰਡੀਗੜ੍ਹ ਇੱਕ ਸਿਨੇਮਾ ਬੁੱਕ ਕਰਾ ਕੇ ਉੱਥੇ ਉਹਦਾ ਦਿਖਾਉਣਾ ਸੀ ਪ੍ਰੀਮੀਅਰ। ਪ੍ਰੀਮੀਅਰ ਦਿਖਾਉਣਾ ਜਿੱਦਾਂ ਅੱਜ ਦਿਖਾਉਂਦੇ ਆ? ਹਾਂ ਜਿਵੇਂ ਦਿਖਾਉਂਦੇ ਆ। ਤਾਂ ਸੰਤਸਿੰਘ ਸੇਖੋਂ ਜੀ ਗਏ, ਹੋਰ ਗਏ, ਤਾਂ ਸੰਤਸਿੰਘ ਸੇਖੋਂ ਨੇ ਦੇਖ ਕੇ ਕਿ ਉਹਦਾ ਮੁੱਖ ਬੰਦ ਗਿਆ ਸੀ, ਉਹਨੇ ਮੈਨੂੰ ਸੱਦਿਆ, ਕਿਉਂ ਮੈਂ ਪਮਾੜ ਪੜ੍ਹਾਉਂਦਾ ਸੀ। ਉਹਨੇ ਮੈਨੂੰ ਸੁਨੇਹਾ ਭੇਜਿਆ ਬਈ ਬੇਟੇ ਉਹ ਤੇਰੀ ਰਵੇਲਾਂ ਹੀ ਬੋਲਦੀ ਹੈ, ਤੇ ਦਾਦੀ ਮਾਂ ਹੋਰ ਕੁਛ ਨਹੀਂ ਉਹ 'ਚ, ਜੋ ਅੱਗੜ ਵਿੱਚ ਰੋਹ ਜੋੜਦੇ, ਇਹਦੀ ਸਟੇਲ ਹੈ ਜਾਂ ਕੋਈ ਭਜਨ ਨਾਟਕਾਰ। ਮੈਂ ਆਖਿਆ ਜੀ ਮੈਂ ਹੁਣ ਕਿਹਨੂੰ ਕਰਾਂ? ਉਹਨੇ ਕਿਸੇ ਲੈਟਰ ਮੈਨੂੰ ਦੇ ਤਾ ਵੀ ਆਹ ਦੇ ਦੀ ਜਾ ਕੇ ਬਲਵੀਰ ਸਿੰਘ ਗਰੇਵਾਲ ਨੂੰ। ਉਹ ਕੇਸ ਅਸੀਂ ਲਾਇਆ, ਉਹ ਛੋਟੇ ਪਾਸੇ ਲੱਗੇ, ਪਤਾ ਨਹੀਂ ਵੱਡੇ ਕਿੱਥੇ ਲੱਗਣਾ ਸੀ। ਉਹ ਭਜਨ ਨਾਟਕ ਜੀ ਕਹਿੰਦੇ ਕਿ ਜੀ ਵੀ ਮੇਰੇ ਕੋਲ ਪੈਸੇ ਨਹੀਂ, ਇੰਨੀ ਫੀਸ ਜਮ੍ਹਾਂ ਕਰਾਉਣੀ ਪਊ, ਕੇਸ ਲੱਗ ਗਿਆ। ਵਕੀਲ ਕਹਿ ਰਿਹਾ ਤੁਹਾਨੂੰ?
दुदीपाल जी। अच्छा पता नहीं कहूँगा केस भी जी मेरे को पैसा है नहीं, मेरे को तो तनखा मेरी को है नहीं सी इन्नी, तो ऐतवार का दिन सी बचाले कहते कल नू जमा करा। मैं कह जी कल नू तो आने नहीं, फिर मैं कितों मैं कितों फट फुट के लिया, कहने नहीं कल नू। मैं कही जावा जी मैं चार दिन दे दो, कहने नहीं। मैं कह चंगे जब मेरे को पैसे हो गए मैं वह शुरू करूँगा। मैं उस निकल के आ गया, ये टवाणा भी ये गए भी सारे, इन्हें पता सारे मैं कि। अच्छा पहला पहला थोड़ा सैशन कोर्ट के लग्या सीगा छोटी एक केस मेरे सैशन कोर्ट च लग गया सी। अच्छा उस हूँ पता नहीं कहड़ा सी उन्होंने चो जारी जाटी थी या कि थोड़े छोटे चलाता। अच्छा वो मतलब कॉपीराइट का केस नहीं होंगे? नहीं छोटे लाइन च नहीं सुनते। अच्छा जी सैशन कोर्ट च लगना सी। सैशन कोर्ट के लगना सैशन थल्ले अदालत च लग गया उ सेखों साहब होंगे जी थले पास ना इधर ही लाइन से उन्होंने कोठी सी तो उतो फिर ट्रांसफर करवाया तो ट्रांसफर करवा लिया। अच्छा ट्रांसफर भी की वो कहते हैं डिसमिस करो तुम यू आर नॉट एंटाइटल टू मतलब हीयर द केस। वो जज साहब बड़े प्यारे से भी वो देखन भी मेरा बगीर के बहस करो जी वो कहने कह दी डिसमिस करो जी। तो मैं एक परे वकील से मैं नाम भुल गया तो तुम दस वो वकील मैं उन्होंने मिले जी उन्हें कोई कॉपीराइट में लैके पढ़ लिया पढ़िया कि कॉपीराइट दे विच केड़ा कानूनी प्रावधान उहदा है कि हाँ उहदा है पढ़िया तुसीं वो पढ़िया मैं वो पढ़ के फिर मैं वो टाइप करा लिया। टाइप करा के ते मैं जेब च पा लिया। जेब च पा के मैं अंदर चला गया। उहदे बड़े बड़े वकील सी पंज मैं वो मेरे कल्ले ही सदा ही कहते भाई आ गए शायर साहब आ गए बई टीचर कर। मैं क्या जनाब मैं खड़ गया ढोल आ गए पूरे कहें जी डिसमिस करो मेरा वकील के बहस करो। वो जानू तकरार चलते चलते मेरे वाल निगाह की जज साहब ने। मैं क्या जनाब मैं कुछ बोल सकता हूँ? कहने हाँ। मैं क्या जी बी धारा वो फोटो स्टेट नहीं जी होंगी इन्नी धारा नंबर च कल बी चाह लिखे होया वो मैं हथी लिखा हुआ जी बी इफ द क्लाइंट गिव एन एप्लीकेशन फॉर द ट्रांसफर द केस विल बी ट्रांसफर टू द प्रॉपर चैनल। जज साहब ने मेरा दिया लेके तो उन्होंने कॉपी हट पढ़ा दी कॉपी किताब उन्होंने जारी लिख दिता भी केस विल बी ट्रांसफर टू द सैशन कोर्ट। अच्छा फिर तो केस ट्रांसफर होया। अपीयर सो एंड सो डेट रौला पाउन लगे ये तो डिसमिस चाहिए जी। अच्छा जो तुम उपरली अदालत दे विच गए हो ਤਾਂ ਤੁਹਾਨੂੰ ਜੱਜ ਸਾਹਿਬ ਨੇ ਕਿਹਾ ਵੀ ਕਿ ਬਈ ਹਾਂ ਇਹ ਥੱਲੇ ਵਾਲੀ ਕਿਉਂ ਤਾਂ ਸੁਣਨਾ ਨਹੀਂ ਸੀ ਉਹਨੇ ਥੱਲੇ ਕੋਈ ਸਿਆਸਤ ਸੀ ਉਹਨਾਂ ਦੇ ਲਾ ਤਾ। ਜਦ ਮੈਂ ਇਹਨਾਂ ਦਾ ਇਹ ਵੀ ਉਹ ਵੀ ਇਹਨਾਂ ਨੇ ਜਿਹੜੇ ਕੇਸ ਸੀਗਾ ਬਸ ਉਹ ਫਰਿੰਦਾ ਨਹੀਂ ਆਇਆ ਜੀ। ਮੈਂ ਕਿਹਾ ਜੀ ਮੈਂ ਪੈਸੇ ਨਹੀਂ ਮੰਗਦਾ ਮੇਰਾ ਨਾਂ ਤਾਂ ਦੇ ਦੇਣ ਇਹ ਜੀ ਸਾਡੇ ਕਲਾਇੰਟ ਬਾਹਰ ਗਏ ਹੋਏ ਨੇ ਇੰਨੇ ਕਰਕੇ ਉਹ 'ਚ ਮੈਨੂੰ ਧੋਖਾ ਹੀ ਮਿਲਿਆ ਇਸ ਗੱਲ ਦਾ। ਜੱਜ ਸਾਹਿਬ ਕਹਿੰਦੇ ਵੀ ਤੁਸੀਂ ਵਕੀਲ ਤਕੜਾ ਲਿਆਓ। खिलाफ वकील खड़ा कर सको उस तरीके। अच्छा एक होर जेड़ा फिल्म सी दो फिल्मों का जिक्र हो गया एक यारी जट दी आ फिल्म वो किदा तुहाडी जिहड़ी हैगी आ चोरी हुई? देखो जी यारी जट दी जिहड़ी फिल्म सी नंबरदार नी दी शूटिंग ग्राई हो रही सी एक खूह दे उत्ते बाहर नहर दे कंढे ते सुबह जहा बगदा सी उहदी इक कोठी सी उत्थे हो रही सी। मैं बरिंदर उहनां दी फिल्म सी उह मैनूं हाँ लंबड़दारनी दी हो रही सी मैनूं इह चस सीगा वी जद मेरी किताब वधिया वी फिल्म बण जू क्योंकि गीत ने विच इहदे सारा कुछ है स्टोरी बहुत वधिया है। तां उत्थे मैं इहनां नूं सीन चलदा सीगा इक ट्यूबवैल दे च आ के कोई धाड़वी उहनूं डुबाउंदे आ दस सौ पैसे कि दस ऐं डुबो ही जा रहे ने। वो मशीन देख के बाद रोटी खाने लगे मैं इन्होंने किताब दी यार आ मेरी किताब आ एक मैं कैमरामैन नूं एक मैं डायरेक्टर नूं एक मैं ये साहब नूं वरिंदर तो मैं दे दी मैं बड़ा कहता भाई बनावांगे बनावांगे।
ਉਹ ਆਪਦੀ ਬਣਾ ਕੇ ਬਹਿ ਗਏ ਉਤੋਂ ਉਹਨਾਂ ਨੇ ਆਪਣੀ ਫਿਲਮ ਬਣਾਈ ਮੇਰੇ ਕੋਲ ਨਹੀਂ ਅੱਛਾ ਨੌ ਤੁਹਾਡਾ ਕਿਸੇ ਵੀ ਫਿਲਮ ਦੇ ਵਿੱਚ ਨਹੀਂ ਮੇਰਾ ਨੌ ਨਹੀਂ ਆਪਦਾ ਹੀ ਬਣਾ ਕੇ ਉਹੀ ਚੀਜ਼ਾਂ ਨੇ ਸਾਰੀਆਂ ਆਹ ਕਿਤਾਬ ਹੈ ਮੇਰੀ ਉਹ ਜਿਹੜੀ ਕਿਤਾਬ ਮੈਂ ਸੰਸਿੰਗ ਸਿੱਖ ਹੁੰਦੇ ਸਾ ਉਹਨੇ ਲਿਖਿਆ ਹੋਇਆ ਕੰਧਾਂ ਬੋਲ ਪਈਆਂ ਕੰਧਾਂ ਬੋਲ ਪਈਆਂ ਦਰਸ਼ਕੋ ਇੱਕ ਕਿਤਾਬ ਹੈ ਇਹਨਾਂ ਦੀ ਮਾਸਟਰ ਉਹਨਾਂ ਦੀ ਕੰਧਾਂ ਬੋਲ ਪਈਆਂ ਜਿਹਦੇ ਤੇ ਅੰਦਰੋਂ ਇਹ ਦਾਅਵਾ ਕਰ ਰਹੇ ਨੇ ਕਿ ਜਿਹੜੀ ਕਹਾਣੀ ਹੈ ਉਹ ਇਹਨਾਂ ਫਿਲਮਾਂ ਦੀ ਇਸ ਕਿਤਾਬ ਦੇ ਵਿੱਚੋਂ ਲਈ ਗਈ ਹੈ ਕੁਛ ਇਸ ਤਰ੍ਹਾਂ ਦੇ ਸੀਨ ਨੇ ਕੁਛ ਇਸ ਤਰ੍ਹਾਂ ਦੇ ਦ੍ਰਿਸ਼ ਨੇ ਜਿਹੜੇ ਇਸ ਕਿਤਾਬ ਦੇ ਵਿੱਚੋਂ ਲਏ ਗਏ ਨੇ ਹਾਂਜੀ ਅੱਛਾ ਮਾਸਟਰ ਜੀ ਕਿਤਾਬਾਂ ਹੁਣ ਤੱਕ ਕਿੰਨੀਆਂ ਕੁ ਲਿਖ ਚੁੱਕੇ ਹੋ ਤੁਸੀਂ ਚਾਰ ਕਿਤਾਬਾਂ ਤਾਂ ਮੇਰੀਆਂ ਪਹਿਲੀਆਂ ਨੇ ਪੱਤੂ ਬਾਹਰ ਹਿਚਕੀਆਂ ਜਿਹਦੇ ਸ਼ਿਵਕੁਮਾਰ ਬਟਾਲਵੀ ਜੀ ਨੇ ਮੁਖਵਾ ਦਿੱਤਾ ਹੋਇਆ ਅੱਛਾ ਜੀ ਹਾਂਜੀ ਹਿਚਕੀਆਂ ਦਾ ਔਰ ਕੰਧਾਂ ਬੋਲ ਪਈਆਂ ਇਹ ਮੈਂ ਰਿਲੀਜ਼ ਕਰਾ ਦਿੱਤੀ ਔਰ ਮੈਂ ਨਾਟਕ ਲਾਇਆ ਕਈ ਤਾਂ ਵੀ ਇਸ ਨਾਲ ਇੱਕ ਮੇਰੀ ਹੈ ਵਿਰਾਗ ਦਰਪਣ ਵਿਰਾਗ ਹੈ ਕੀ ਚੀਜ਼ ਵਿਰਾਗ ਦੇ ਕਿੰਨੇ ਦੁਆਰੇ ਅਖਾੜੇ ਕਿੰਨਾ ਕੁਛ ਆ ਉਹ ਬਹੁਤ ਤਕੜੀ ਕਿਤਾਬ ਆ ਉਹ ਅਤੇ ਇੱਕ ਮੈਂ ਉਹ ਲਿਖੀ ਆ ਅਤੇ ਉਸ ਤੋਂ ਬਾਅਦ ਫਿਰ ਮੈਂ ਰਮਾਇਣ ਸ਼੍ਰੀ ਰਮਾਇਣ ਸੰਪੂਰਨ ਰਮਾਇਣ ਉਹ ਮੈਂ ਹੁਣ ਪੂਰੀ ਕਰੀ ਬੈਠਾ ਮੈਂ ਰਿਲੀਜ਼ ਕਰਨ 'ਤੇ ਆਇਆ ਹੋਇਆ ਉਹ ਪੋਇਟਰੀ 'ਚ ਆ ਮੇਰੀ ਪੰਜਾਬੀ ਰੰਗ 'ਚ ਕਿਉਂਕਿ ਮੈਂ ਸਮਝਦਾ ਵੀ ਪੰਜਾਬੀ ਰੰਗ 'ਚ ਇਹਦਾ ਹੋਰ ਪ੍ਰਭਾਵ ਪੈ ਸਕਦਾ ਕਿ ਜਿਹੜੀ ਸੰਸਕ੍ਰਿਤ ਕਈਆਂ ਨੂੰ ਸਾਨੂੰ ਪੰਜਾਬੀ ਸਮਝ ਨਹੀਂ ਆਈ ਉਹਨਾਂ ਇੰਟਰਸਟ ਨਾਲ ਨਹੀਂ ਸੁਣਦੇ ਜੇ ਇਸ ਨੂੰ ਪੰਜਾਬੀ ਰੰਗ ਵਿੱਚ ਪੰਜਾਬੀ ਲੈਅ ਵਿੱਚ ਲਿਖਿਆ ਜਾਵੇ ਤਾਂ ਇਹ ਹੋ ਸਕਦਾ ਹੋਰ ਵੀ ਵਧੀਆ ਮਕਬੂਲ ਹੋ ਸਕਦੀ ਹੈਗਾ ਤਾਂ ਫਿਰ ਮੈਂ ਇਸ ਨੂੰ ਔਰ ਸੰਸਕਾਰਾਂ ਦਾ ਸੰਬੰਧ ਹੈ ਮੈਨੂੰ ਮੇਰੇ ਜਨਮ ਤੋਂ ਪਹਿਲਾਂ ਦੋ ਸੰਤ ਮੇਰੇ ਪਿਤਾ ਨੂੰ ਦੇ ਗਏ ਸੀ ਉਹ ਮੈਂ ਰੱਖਿਆ ਦੇ ਕੋਲ ਆ ਉਹ ਮੇਰੇ ਦੇਣ ਨਾਲ ਹੋ ਸਕਦਾ ਉਹਦਾ ਅਸਰ ਆ ਕਿ ਮੈਂ ਹਾਂਜੀ ਉਹ ਮੈਡਲ ਹੈ ਪਿੱਤਲ ਦਾ ਇੱਕ ਪਾਸੇ ਸ਼੍ਰੀ ਰਾਮ ਦਰਬਾਰ ਹੈ ਇੱਕ ਪਾਸੇ ਬਨਵਾਸ ਸ਼੍ਰੀ ਰਾਮ ਸੀਤਾ ਲਕਸ਼ਮਣ ਨੇ ਉਹ ਮੈਂ ਪਾਕਿਸਤਾਨ ਦੇ ਨਾਲ ਲਿਆਂਦਾ ਮੇਰੇ ਪਿਤਾ ਨੇ ਉਹ ਮੈਂ ਜਰਾ ਉਹਦਾ ਮੈਨੂੰ ਅਸਰ ਇੰਨਾ ਕਿ ਜਦ ਮੈਂ ਉਹ ਪਾ ਕੇ ਲਿਖਦਾ ਮੈਨੂੰ ਆਪਦੇ ਆਪ ਕੋਈ ਨਾ ਕੋਈ ਚੀਜ਼ ਮੈਨੂੰ ਦੇਖਣ ਨੂੰ ਕੰਪੈਲ ਕਰਦੀ ਹੈ ਬਹੁਤ ਪੁਰਾਣਾ ਹੋਊਗਾ ਤਾਂ ਫਿਰ ਬਹੁਤ ਪੁਰਾਣਾ ਜੀ ਉਹ ਤਾਂ 507 ਸ਼ਾਇਦ ਵਿਕਰਮੀ ਲਿਖਿਆ ਹੋਇਆ ਅੱਛਾ ਜੀ ਉਸ ਮੌਕੇ ਦੇ ਅੱਜ ਤੋਂ 2500 ਸਾਲ ਪਹਿਲਾਂ ਦਾ ਜੀ ਅੱਛਾ ਇਹਦੇ ਨਾਲ ਨਾਲ ਤੁਸੀਂ ਗੀਤ ਵੀ ਲਿਖੇ ਆ ਬਹੁਤ ਸਾਰੇ ਹਾਂਜੀ ਗੀਤ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਏ ਆ ਦੇਖੋ ਜੀ ਜੇ ਮੈਂ ਆਲ ਇੰਡੀਆ ਰੇਡੀਓ ਸਟੇਸ਼ਨ ਦੀ ਗੱਲ ਕਰਾਂ ਤਾਂ ਉੱਥੇ ਮੇਰਾ ਪੂਰਨ ਸੰਗੀਤ ਨਾਟਕ ਖੇਡਿਆ ਗਿਆ ਪ੍ਰਸਾਰਨ ਹੋਇਆ ਉਹਦੇ ਵਿੱਚ ਬੇਦੀ ਸਾਹਿਬ ਉਦੋਂ ਪ੍ਰੋਡਿਊਸਰ ਸੀ ਕਮਲ ਬਖਸ਼ੀ ਜੀ ਉਸ ਮੌਕੇ ਉਹਨਾਂ ਨੇ ਡਾਇਰੈਕਟ ਕੀਤਾ ਉਹਦੇ ਵਿੱਚ ਮੈਂ ਕੁਮਾਰੀ ਪਰਮਲਾ ਜੀ ਸੋਹਨਲਤਾ ਜੀ ਅੱਛਾ ਜੀ ਅਤੇ ਇਸ ਨਾਲ ਜਾਨਕੀ ਦਾਸ ਭਾਰਤਵਾਜ ਹੇਮਰਾਜ ਸ਼ਰਮਾ ਸੁਦਾਗਰ ਸਿੰਘ ਗੁਰਦੀਪ ਸਿੰਘ ਅਤੇ ਹੋਰ ਬਹੁਤ ਕਲਾਕਾਰ ਸੀ ਤਿੰਨ ਦਿਨ ਉਹ ਹੁੰਦੀ ਰਹੀ ਸਾਡੀ ਮਤਲਬ ਸ਼ੁਰੂ ਉਹਦੇ ਵਿੱਚ ਉਹ ਆਲ ਇੰਡੀਆ ਰੇਡੀਓ ਸਟੇਸ਼ਨ ਤੋਂ ਜਲੰਧਰ ਤੋਂ ਕਈ ਦਫ਼ਾ ਰਾਤ ਨੂੰ 45 ਮਿੰਟ ਮੇਰਾ ਸੰਗੀਤ ਨਾਟ ਪੂਰਨ ਸਾਇਰਨ ਵਜਾ ਕੇ ਪੂਰਨ ਦੀ ਧੁਨ ਵਿੱਚ ਬਹੁਤ ਪਿਆਰਾ ਨਾਟਕ ਆਇਆ ਅੱਛਾ ਹੋਰ ਪੰਜਾਬੀ ਕਲਾਕਾਰ ਉਹਦੇ ਵਿੱਚ ਜਿਸ ਤਰ੍ਹਾਂ ਨਾਲ ਸਵਾਲਤਾ ਜੀ ਪਰਮਾ ਪੰਮੀ ਕੁਮਾਰੀ ਮਨਮੋਹਨ ਕੌਰ ਨੰਗਲ ਇਹਨਾਂ ਨੇ ਵਿੱਚ ਗੀਤ ਗਾਏ ਇਸੇ ਤਰ੍ਹਾਂ ਨਾਲ ਮੇਰੇ ਝਨਾ ਦੇ ਕੰਢੇ 'ਚ ਅੱਛਾ ਇੱਕ ਗੀਤ ਆਇਆ ਸੀਗਾ ਲੰਮੀ ਸਿਟੀ ਮਾਰ ਮਿੱਤਰਾ ਹਾਂਜੀ ਹਾਂ ਅੱਛਾ ਲੰਮੀ ਸਿਟੀ ਦੀ ਜਿਹੜੀ ਗੱਲ ਹੈ ਹਾਂ ਇਹ ਗੁਰਦਾਸ ਮਾਨ ਉਹਨਾਂ ਦਾ ਗਾਣਾ ਸੀ ਹਾਂ ਪਰ ਉਹਨੇ ਇਹ ਠੀਕ ਨਹੀਂ ਗੱਲ ਕੀਤੀ ਉਹ ਲੇਖਕ ਤਾਂ ਮੈਂ ਹਾਂ ਉਹਦਾ ਉਹ ਤੁਸੀਂ ਲਿਖਿਆ ਗਾਣਾ ਮੇਰਾ ਲਿਖਿਆ ਕਿਉਂਕਿ 3 ਸਿਟੀਆਂ ਨੇ ਦੋ ਸੀਟੀਆਂ ਪਹਿਲਾਂ ਚੱਲਦੀਆਂ ਸੀ ਤੀਜੀ ਮੇਰੀ ਸੀ ਉਹ ਕੀ ਹੈ ਸੁਣ ਕੁੜੀਏ ਕੰਨ ਲਾ ਕੇ ਸਿਟੀ ਮਿੱਤਰਾਂ ਦੀ ਦੁਨੀਆ ਵੀ ਹੈ ਪਾਕਿਸਤਾਨ ਦੀ ਹੈ ਇੱਕ ਸਿਟੀ ਮੁਹੰਮਦ ਸ਼ਰੀਕ ਨੇ ਗਾਈ ਹੈ ਵਿਹੜਾ ਨਿੰਮ ਵਾਲਾ ਉੱਤੇ ਨਹੀਂ ਚੁਬਾਰਾ ਉਹ ਘਰ ਮਿੱਤਰਾਂ ਦਾ ਰੱਬ ਨਾਲ ਤਾਂ ਕੋਈ ਗੱਲ ਹੈ ਨਹੀਂ ਦੁਨੀਆ ਵੀ ਨੇ ਮੈਂ ਕੀਮਾ ਮਲਕੀ ਜਦੋਂ ਨਾਟਕ ਖੇਡਣਾ ਸੀ
देखो कि मैं लकीर का फकीर तो है नहीं, मैं उस एक सूफी सिटी पा दी। अच्छा उस की सीगा कि धरती वंड ली, रब भी वंड लिया, ग्रंथ भी वंड बंडा ले, राम शरण आल सड मित्रा उठ अपना रब त्याल। अच्छा ये जड़ा गुरदास मान उन्होंने गाना गाया सी तुहाडा लम्मी सीटी मार मित्रा, ये फिर उन्होंने कोल किवें आया? इत्थे जिहड़े वो दो सज्जन मेरे कोल, एक राजी सी एक सतपाल जी शीला, ये मैं तो कीमा मलकी लिखाउण आ गई, और जिहड़ा इहदा प्रोड्यूसर सी देओल साहब वो गिल जिहड़ी नहर उहदी कोठी आ उत्ते जिहड़ा पौला गिल गिलों का पौल पर कोठी इधर बहुत वड्डी। अच्छा जी। तो उन्हें मैंने सद्या जब मैं लिखता सर कहू सद के लिया मिलाओ, तो उन्हें बेचारे ने मैनू 1000 रुपया सिर्फ मैं हूँ तक उन्हें दिता। हाँ भाई मैं बड़ा खुश हाँ, तेरी सिटी से बड़ा खुश हाँ। अच्छा उन्होंने वैसे हाँ क्यों मजार सिटी है ये सूफी बनाता था, मेरा सिलेक्ट हो जाना उत्ते। अच्छा तो कहते भी पात्र, मैं क्या जी मैं नौ यदा प्रपोज करता भी ये एक फिल्म चाया सी भी गुरदास मान ले लो, ये तो बीमार पे सी इतने बिजली का पटियाले गुरदास मान। हाँ जी। तो मैं पता लगे भी बिजली जी शायद पता नहीं कोई दस दी ये उन्होंने पढ़ाते रहे भी रोल करना। अच्छा इन वो मेरी सीटी जब देखी इन्हें सीटी रिकॉर्ड कराती। अच्छा जी। मैं जो सुनी मैं क्या जूरो शिलम था। अच्छा मैं ना हिंदी च भी करके लिखी हुई थी, दूरदर्शन से पई है मेरी उत्ते जी, पई है उत्ते दिल्ली जी। तो मैं कहता बड़ा सौखा, फिर मैं लिखना ही छोड़ दिता। अच्छा। 10 साल फिर मैं चुप रहा, मैं मना तू तो इवें बर्बाद हो जाएगा, मैं हरेक तो किनू किनू कही जाव, फिल्मा लिखी कोई कह तू तो हरेक नू कही जाना, कहानी लिखी आ महसूस नहीं होया कि हो रहा है मतलब मैं गलत राहे तुरिया जा मैं वो जो मेनू क्योंकि एक शायर आ चाहे एक लेखक आ पैसे का तो नहीं कह सकते पर एक मान सम्मान का भुखा जरूर होंदा कि लोगों के लिए लिख रहा जां आपदे लिए लिख रहा जे लोगों तक वो गल जा रही है तो घट्टो घट वो ना तो आए। पर ये लोग ने जो पैरसी वाले ये आपदे ही क्योंकि मैं प्याले का सांझी नहीं सा वैष्णो ये तो मिनट सेकेंट की गल इधर उधर कर देंगे ने कि कोई राइटर को कोई नहीं पुछता मेरे ने कई हो रहा भी हो जे मैं आपके दुख रो रहा बहुत लोग ऐसे जिहड़े अज तक हुण मैनू भी तुसीं छोड़ रहे धन्नवाद करना सुनील जी कि तुसीं मेरे तक मिले हो नहीं मैं तो गुमराह ही मर जाना सी। इस तरह नाल थोड़ा धन्नवादी हाँ मैं इस गल का कि तुसीं मैनू लैके दो मैं आपका दुख का दस सकियां ताकि मैनू मरना सौखा हो जाए। इन्हां लोकां ने ये की है लोगों ने चीज़ें गरीब नूं किसी नूं कोई हक देण नूं तैयार नहीं होया। मैं अजे भी इस हाथ से बैठना चाहता कि इन्हों इस गल की होगी भी यार असं माड़ा कि कई तो आप नहीं रहे हुए भी मैं आके मिलन के यार गलती है भी तेरा नौ दे देने मैं उस वास्ते जिंदा बैठा से भी पर अजे तक आप दल्ला मारते हैं हंकार छड़ते नहीं हैं। एक कौड़ा सच है इंडस्ट्री का। हाँ बिल्कुल। और मैं इस किताब बारे कोई डेपुटेशन बना के ये तो बहस करके देख देना मैं जवाब दूंगा। हूँ जी आ भी हो गया अपन मेरी किताब ये किताब ही नहीं है ये तो एक फिल्म के भी प्यो ये तो गीत ने संगीत ने वही और एक पानी बच्चे मारा लीक उन्हें गाय बच्चे गाया वो मेरा उही तो फिर जोड़ा बच्चे रांझा दिखाई जाते हैं पात्र उही ने कपड़े उही ने पा के रांझे नहीं रांझे की लौड़ लौंग दिल शिकार सिर्फ की हीर रांझा तो पहले ही मशहूर है वो रोमांटिक जिहड़ी मेरी रवेलां वो समाजिक। अच्छा कुलदीप माणक उन्होंने भी तुहाडा एक गीत गाया है ना
हाँ जी वह कि गीत सीगा ससी पुनू का गीत सीगा वो जी कुलदीप मानक जी पहला सधारण ढोलकी ढलकी तो बजाने गुरचरण उन्होंने गरेवाल नाल मैं पमाल पढ़ा सी एक बारी असं कट्ठे बस लोकल बस चलती होंगी जी शहर चढ़ गए इन्हें गलबात चली तो बाकी तेरी शहर हैगा तेरे को इन्हें पता नहीं कि खंड की पुड़ी जी गीत गाया हुआ सी मगे गीत की है तू यार तेरे को शहर हैगा तू वधिया कोई चीज़ कोई घली कोई कोई वधिया कोई गा दे इन्हें फिर उस गल तो दुल्हे बे टोकरे चकाई आन के इस तरह नाल कड़ियाँ शुरू की फिर मैं गीत मेरा इन्हें सुशी पुनू वाला मैं इंद्र लोक च इन्हें जाना सी बाहर मैं कहा भी मैं ये लेख ला रहा आपका ये मेरा गीत गा दी इन्हें गाता संबंध कौ जी नाल गा के तेरी रूह मेरे नाल घूमती जिधर नूं मैं जावा वो कहने तेन देखे बिना दिल नहीं लगता सदके मैं जा अच्छा, मास्टर जी इन बड़िया उपलब्धियां रही ने कदे सरकारां तो कदे कोई तुहानू कोई उस तरह का पुरस्कार कोई मिलिया हो देखो जी मैंने सुभावां ने तो दरवेश नाटककार का दिता सृजन धारा ने पंजाबी भवन च मैंने रूबरू करके और बहुत होर सारे जी चंगे चंगे गुरभजन गिल जी मेरे मित्र ते प्रोफेसर साहब है जी ते वो सारे विच उत्थे बैठे जी एन एस एन सेविक साहब ये सारे सीगे ते दरवेश नाटक करदा मैं कहा भी बढ़िया गल क्योंकि मैं सरकारी सर्विस ते सी मैं बाहर दूर तक जा नहीं सी सकदा ते मैं आपदा इत्थे ही रह के मैं ये नाटक जिन्ने ने ये मैं करवाउंदा रहा और पर अफसोस यह आ कि जेडे फिल्मकार ने लखा रुपये लैके भी किसी गरीब का नौ देने भी तैयार नहीं रहते तो पैसे की भी मांग नहीं सी की पैसे थी क्या सी के सिर्फ मेरा नाम ता दे दो मैं खीर दे भी कहता वकील पा दें इन्हें दो मगर मेरा नाँ दे दो जनाब भी मैं इन्हों तो कुछ नहीं मंगता मेरा ना स्टे ना कर कारी निकाल दें ना पा दें लोग बिचता पा दें स्क्रीन बिचता पा दें लोगों को ना पढ़ देना काली निकाल देन कहना यार गलत है ठीक है जज ने कहा कहना गरीब है नौ दो यार मन्ने नहीं मन्ने किस तरह की लगता हूँ की खट्टिया की गवाया हूँ तो फिर तो मेरा इतना दिल टूट गया मैं लिखना ही बंद कर दिया एक किताब ने मेरी जान खा ली जब मैं इधर जाना साइकिल तो मूर लिया वा जब मैं आना तो आम मूर लिया वा धुप चढ़ी होनी आप घर बैठेगा तो घर नहीं बी मैं मुड़े आना फिर स्कूल चले जाना टाइम पर उधर फिर मैं देखना भी कल ऐतवार फिर जाना वह तो पट्ठे से चले गए भाई होंगे सी घर पे इस तरह नाल फिर मैं बहुत थक गया इन्होंने गलों मैं क्या मना ना किताब लिखनी है कोई ना कोई क्योंकि दस हो जाता भी यार हरेक शौक है कुछ नहीं लगता यार सुनाइए भी यार मैं लिखे मेरे को एक नहीं बहुत लोग यह जे आए थे लोग फायदा ले जाते हैं जो फायदा ले जाते हैं इस तरह नाल हूँ मैं 50 साल तो मैं लिख रहा मेरे को आपका तो नाम पाँग मेरा नाम नहीं कहते इस तरह नाल होर चंगे चंगे शहर मेरा नाम है सारे आले दुआले मुल्क क्योंकि मेरी वो कैस्ट चली गई फिर मैं रानी सुंदर वो मेरी चली गई तो जोड़ा साहब उन्होंने इनकनी की बिचो दे वो नवा बार ने जोड़ा साहब भी प्रोफेसर तो मास्टर सलीम उन्हें मेरी सुंदर बिच तुम देखो वह पिता मेरा आड़ी है बहुत बुढ़ा उन्हें कोई पैसा नहीं लिया आके मेरे उन्हें एंकर किया उस सुंदर च अच्छा जी तो चंगे चंगे शहर जोड़े ने या होर ने मेरा तो वह करते हैं मैं यही बड़ा मान समझदा तो इस तरह नाल मैं हूँ आ भी मैं हूँ मैं धार्मिक लिखदा क्योंकि बंदे उम्र के मुताबिक बदलना भी चाहिए इस तरह मैं हूँ रामायण लिखी है श्री राधे कृष्ण लिखे श्री रामायण सच का स्वरूप ये धार्मिक गलों पर मैं दो चार मैं हीर वादत लिखी है कि वह वादत योग है
ਉਹਦਾ ਵੀ ਮੈਂ ਤੁਹਾਨੂੰ ਦਿਖਾਵਾਂ। ਇਹ ਮੇਰਾ ਟਾਈਟਲ ਬਣਾਈ ਬੈਠਾ ਮੈਂ, ਇਹ ਮੈਨੂੰ ਤਾਂ ਵੱਡੀ ਲੱਗੀ ਹੈ ਗੱਲ ਕਿ ਜਹਾਨ 'ਤੇ ਨੌ ਵਾਰੀ ਲੋਕ ਭੱਜੇ ਫਿਰਦੇ ਆ ਪਰ ਮੇਰਾ ਨੌ ਨਹੀਂ ਆਇਆ। ਇਸ ਕਰਕੇ ਮੈਨੂੰ ਬੜਾ ਦੁੱਖ ਆ ਕਿ ਵੀ ਯਾਰ ਨੌ ਤਾਂ ਦਿਓ, ਮੈਂ ਆਪਣੇ ਹੱਕ ਦੀ ਗੱਲ ਅਤੇ ਮੈਂ ਨੌ ਮੰਗਦਾ, ਮੈਂ ਕੋਈ ਪੈਸਾ ਨਹੀਂ ਸੀ ਮੰਗਦਾ ਪਰ ਅਜੇ ਤੱਕ ਮੈਨੂੰ ਕੋਈ ਮਿਲਿਆ ਨਹੀਂ ਇਹਨਾਂ 'ਚੋਂ। ਆਪਦੀਆਂ ਗੱਲਾਂ ਮਾਰਦੇ ਨੇ, ਮੈਂ ਇਸੇ ਵਾਸਤੇ ਜਿਉਂਦਾ ਬੈਠਾ ਕਿ ਵੀ ਮੈਨੂੰ ਕੋਈ ਆ ਕੇ ਵੀ ਮਨਸੂਰ ਵੀ ਤੇਰਾ ਨੌ ਦਿੰਦੇ ਆ, ਆਹ ਤੇਰੀ ਘਾਲਣਾ ਸੀ, ਸ਼ਾਬਾਸ਼ ਬਈ। ਬਹੁਤ ਬਹੁਤ ਧੰਨਵਾਦ ਮਾਸਟਰ ਜੀ ਤੁਹਾਡਾ ਗੱਲਬਾਤ ਕਰਨ ਦੇ ਲਈ। ਮੈਂ ਤੁਹਾਡਾ ਸੰਦੀਪ ਜੀ ਅਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਬਹੁਤ ਵਧੀਆ ਮੌਕਾ ਮਿਲਿਆ ਕਿ ਮੈਂ ਕੁਛ ਆਪਦੇ ਦਿਲੀ ਦਰਦ ਜਿਹੜਾ ਉਹ ਤੁਹਾਡੇ ਤੱਕ ਪਰਦਾ ਕਰ ਸਕਾਂ। ਸੋ ਦਰਸ਼ਕੋ, ਇਹ ਸਨ ਮਾਸਟਰ ਰਾਮ ਸ਼ਰਨ ਮਨਸੂਰਵੀ ਜੀ, ਜਿਨ੍ਹਾਂ ਨੂੰ ਤੁਸੀਂ ਸੁਣਿਆ, ਜਿਨ੍ਹਾਂ ਦੀ ਪੂਰੀ ਕਹਾਣੀ ਤੁਸੀਂ ਸੁਣੀ। ਉਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਵੀ ਲਿਖੀਆਂ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਛਪੀਆਂ, ਔਰ ਉਹਨਾਂ ਦੇ ਵਿੱਚੋਂ ਇੱਕ ਕਿਤਾਬ ਛਪੀ ਜਿਹਦੇ ਵਿੱਚੋਂ 3 ਫਿਲਮਾਂ ਤੱਕ ਬਣ ਚੁੱਕੀਆਂ, ਪਰ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਅਤੇ ਸਨਮਾਨ ਨਹੀਂ ਮਿਲਿਆ। ਉਹ ਅੱਜ ਵੀ ਉਮੀਦ ਦੇ ਵਿੱਚ ਨੇ ਕਿ ਜਿਹਨਾਂ ਨੇ ਉਹਨਾਂ ਦਾ ਨਾਂ ਵਰਤ ਕੇ ਆਪ ਮਸ਼ਹੂਰ ਹੋਏ ਨੇ, ਘੱਟੋ ਘੱਟ ਉਹਨਾਂ ਨੂੰ ਉਹਨਾਂ ਦਾ ਨਾਮ ਤਾਂ ਦੇ ਦੇਣ। ਸੋ ਅਗਲੀ ਵਾਰ ਅਸੀਂ ਤੁਹਾਡੇ ਨਾਲ ਰੂਬਰੂ ਕਿਸੇ ਹੋਰ ਸ਼ਖਸੀਅਤ ਦੇ ਨਾਲ ਕਰਵਾਵਾਂਗੇ। ਜਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।